ਲਓ ਵੀ ਦੋਸਤੋ, ਬਾਈ ਪ੍ਰਕਾਸ਼ ਦੇ ਟੈਂਟ 'ਤੇ ਖੜ੍ਹੇ ਹਾਂ ਸ਼੍ਰੀ ਮੁਕਤਸਰ ਸਾਹਿਬ ਮਾਘੀ ਮੇਲੇ 'ਤੇ 13 ਤਰੀਕ ਅੱਜ, ਅਤੇ ਮੇਲਾ ਪੂਰਾ ਭਰ ਗਿਆ ਅਤੇ ਬਾਈ ਨੇ ਜਾਨਵਰ ਲਿਆਂਦੇ ਆ ਸੇਲ ਵਾਲੇ 6-7, ਨੁਕਰੇ ਵੀ ਨੇ, ਇੱਕ ਮਾਰਵਾੜੀ ਵੀ ਆ, ਅਤੇ ਆਪਣੇ ਨਾਲ ਬਾਈ ਨਿੱਕਾ ਬਹੁਤ ਬਹੁਤ ਸਵਾਗਤ ਸੀਗਾ। ਹੋਰ ਠੀਕ ਜੀ? ਬਹੁਤ ਵਧੀਆ ਬਾਈ, ਬਹੁਤ ਵਧੀਆ ਨਜ਼ਾਰੇ। ਇੱਕ ਤਾਂ ਬਾਈ ਮਾੜਾ ਜਿਹਾ ਉੱਚੀ ਬੋਲੀ ਅਤੇ ਆਹ ਬਾਈ ਇੱਧਰ ਮਾਰਵਾੜੀ ਘੋੜੀ ਖੜੀ। ਹਾਂ, ਮਾਰਵਾੜੀ ਘੋੜੀ, ਹਾਂਜੀ। ਅਤੇ ਇਹ ਵੀ ਆਪਣੇ ਬਾਈ ਪ੍ਰਕਾਸ਼ ਦੀ ਹੋਈ ਆ? ਨਹੀਂ, ਇਹ ਬਾਈ ਸਵਰਨ ਦੀ ਆ ਜੀ, ਮਾਣੂ ਕਿਆਂ ਦੀ। ਠੀਕ ਆ ਬਾਈ, ਸਵਰਨ ਦੀ ਆ ਮਾਣੂ ਕਿਆਂ ਗੱਲ ਸਾਹਿਬ ਦੀ। ਅਤੇ ਕੀ ਡਿਟੇਲਿੰਗ ਬਾਈ, ਕੀ ਆ ਇਹਦੀ, ਕਿਹੜੀ ਲਾਈਨ ਹੈਗੀ? ਇਹ ਮਾਰਵਾੜੀ ਘੋੜੀ ਆ ਬਾਈ। ਠੀਕ ਆ, ਹਾਂਜੀ। ਨਹੀਂ, ਕਿਹੜੇ ਘੋੜੇ ਦੀ ਆ ਬੱਚੇ? ਹਰਸ਼ ਦੀ ਆ ਜੀ। ਹਾਂਜੀ, ਹਰਸ਼ ਦੀ ਬਾਬੇ, ਹਰਸ਼ ਦੀ ਆ ਬਾਈ। ਅਤੇ ਹਾਈਟ ਕਿੰਨੀ ਆ ਬੜੇ ਬਾਈ? ਹਾਈਟ ਦੀ 61 ਇੰਚ। ਹਾਈਟ 61 ਇੰਚ ਦੇ। ਮਗਰ ਬੱਚਾ ਕਿਹੜੇ ਦਾ ਬਾਈ? ਇਹ ਤੰਦੂਰ ਦਾ ਜੀ। ਤੰਦੂਰ ਦਾ, ਹਾਂ, ਕੰਡ ਦਾ। ਠੀਕ ਆ, ਠੀਕ ਆ ਬਾਈ, ਲਾ ਲਿਆ ਕੋਲੇ ਸਾਡੇ ਸ਼ੈਲਰ ਚ। ਹੂੰ, ਤੇ ਕਿੰਨੇ ਟਾਈਮ ਦਾ ਹੋ ਗਿਆ ਬਾਈ, ਕਿੰਨੇ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਹੋ ਗਏ 2 ਮਹੀਨੇ 7 ਦਿਨ। ਦੁਬਾਰਾ ਫੇਰ 52 ਦਿਨ ਦੀ ਗੱਪਨ ਚੈੱਕ ਪਾਸ। ਠੀਕ ਆ, ਅਸਲੇ ਜੀ ਕਰਾਤੀ ਸੀ ਕੋਲੀ ਵਾਲੇ ਮਾਸਟਰ ਵਾਲੇ ਕੋਲੇ ਤੋਂ। ਠੀਕ ਆ, ਹੁਣ ਇਹ ਕੰਡ ਦਾ ਬੱਚਾ ਜੀ। ਠੀਕ ਆ, ਹੁਣ ਵੀ ਉਸ ਤੋਂ ਹੀ? ਨਹੀਂ, ਹੁਣ ਮਾਸਟਰ ਵਾਲੇ ਤੋਂ। ਮਾਸਟਰ ਵਾਲੇ ਹੈ ਕੰਡੇ ਦਾ ਬੱਚਾ ਜੀ? ਹਾਂ, ਕੰਡ ਦਾ ਬੱਚਾ ਜੀ। ਠੀਕ ਆ ਬਾਈ, ਤੇ ਕੀ ਬਾਈ ਮੁੱਲ ਭਾਅ ਕੀ ਕਰ ਦੋ ਜੀ? 10 ਲੱਖ 10 ਲੱਖ ਰੁਪਇਆ ਮੁੱਲ ਕਰ ਦਿਓ। ਹਾਈਟ ਆਪਣੇ ਕਿੰਨੀ ਦੱਸੀ ਸੀ ਬਾਈ? 61 ਇੰਚ। ਤੇ ਬਾਕੀ ਬਾਈ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਵਾਲ ਭੌਰੀਆਂ ਦੀ ਓਕੇ ਰਿਪੋਰਟ। ਚਾਲ ਚੂਲ ਭਾਈ ਵੱਡੀ ਛੋਟੀ ਹੈਗੀ ਦੋਨੇ? ਹਾਂਜੀ, ਹਾਂਜੀ, ਮੂੰਹ ਤੋਂ 4 ਦੰਦ ਹੈ। ਤੇ ਬਾਕੀ ਦੋਸਤੋ ਚੈੱਕ ਕਰ ਲਓ, ਮਾਰਕਿੰਗ ਚਾਲਾਂ ਚੂਲਾਂ ਦੋਨੇ ਹੈਗੀਆਂ। ਕੋਈ ਵੀ ਭਰਾ ਜੇਕਰ ਲੈਣ ਦਾ ਸੰਪਰਕ ਚਾਹ ਪਾਉਣਾ ਤਾਂ, ਮਤਲਬ ਜਿਹੜੀ ਲਾਸਟ ਵਾਲੀ ਰੋਡ ਹੈਗੀ ਜਿਹੜੀ ਕਬਰਾਂ ਵਾਲੀ ਨੂੰ ਜਾਂਦੀ ਆ, ਉਹ ਰੋਡ 'ਤੇ ਆ ਕੇ ਬਾਈਆਂ ਦੇ ਟੈਂਟ 'ਚ ਚੈੱਕ ਕਰ ਸਕਦਾ। ਤੇ ਇੱਧਰ ਬਾਈ ਨੁਕਰੀ ਆ ਗਈ ਆਹ ਘੋੜੀ, ਇਹਦੀ ਕੀ ਡਿਟੇਲਿੰਗ ਆ? ਇਹ 25 ਮਹੀਨੇ ਦੀ ਹੈ। ਤੂੰ ਮੜਾ ਜੇ ਕੋਲੇ ਰਹਿਣ ਕੇ ਬਾਈ ਬਾਈ ਦੇ। ਅੱਛਾ ਬਾਈ, 25 ਮਹੀਨਿਆਂ ਦੀ ਆ? ਹਾਂਜੀ। ਤੇ ਕਿਹੜੇ ਘੋੜੇ ਦੀ ਹੈ ਜੀ? ਇਹ ਆਪ ਹੈਗੀ, ਘੱਲਾਂ ਵਾਲੇ ਚੇਤਕ ਦੀ ਜੀ। ਆਪ ਘੱਲਾਂ ਵਾਲੇ ਚੇਤਕ ਦੀ? ਹਾਂਜੀ। 25 ਮਹੀਨੇ ਉਮਰ ਹੈ? ਹਾਂਜੀ। ਤੇ ਜੇ ਬਾਈ ਗੱਲ ਕਰਕੇ ਆਪਣਾ ਮਾਲਾ ਪਾਸਾ ਨੁਕਰੀ ਸੀਗਾ ਕਿ? ਮਾਂ ਚੰਬੀ ਹੈ ਜੀ ਇਹਦੀ। ਮਾਂ ਚੰਬੀ ਹੈ, ਬਾਲ ਭੌਰੀਆਂ ਦੀ ਉੱਕਰ। ਬਿਲਕੁਲ। ਮੁੱਲ ਭਾਅ ਬਾਈ ਫਿਰ ਕੀ ਕਰਦੇ ਹੋ ਜਿਹਦਾ? ਇਹਦਾ 9 ਲੱਖ ਰੁਪਈਆ। ਇਹਦਾ 9 ਲੱਖ ਰੁਪਈਆ? ਹਾਂਜੀ। ਠੀਕ ਹੈ ਬਾਈ, 62 ਇੰਚ ਹਾਈਟ ਹੈ। ਹਾਈਟ ਕਿੱਥੇ ਕਿੱਥੇ? 62 ਕਰ ਗਈ। 62 ਇੰਚ? ਹਾਂਜੀ, 62 ਕਰ ਗਈ। ਹਾਂਜੀ, ਠੀਕ ਹੈ ਬਾਈ। ਤੇ ਇਹ ਵੀ ਸੇਲ ਵਾਸਤੇ? ਤੇ ਇੱਧਰ ਬਈ ਆ ਨਾਲ ਵਾਲੀ, ਇਹ ਹੰਸ ਦੀ ਹੈ ਜੀ, ਬੈਵਲ ਵਾਲੇ ਦੀ, ਸਮੁੰਦਰ ਦੀ ਪੋਤੀ ਆ ਗਈ। ਠੀਕ ਹੈ, ਇਹ ਬੈਵਲ ਵਾਲੇ ਹੰਸ ਦੀ ਆ ਤੇ ਸਮੁੰਦਰ ਦੀ ਅੱਗੇ ਪੋਤੀ। ਲੈਂਥ ਲੂੰਥ ਕਿੰਨੀ ਹੋ ਬਾਈ? ਹਨਾ, ਸਮੁੰਦਰ ਦਾ ਚਕੇ ਮਾ ਪੈਂਦਾ। ਹਾਂਜੀ, ਬਹੁਤ ਚੰਗੀ। ਪਤਾ ਲੱਗਦਾ ਬਾਈ ਜੇ ਬੱਚੇ ਦਾ। ਤੇ ਕਿੰਨੇ ਕਿੰਨੀ ਉਮਰ ਹੋ ਗਈ ਬਾਈ ਦੀ? ਇਹ 28 ਮਹੀਨੇ ਹੋ ਗਈ। 28 ਮਹੀਨੇ? ਹਾਂਜੀ। ਭੌਰੀਆਂ ਭੂਰੀਆਂ ਦੀ ਬਾਈ? ਬਿਲਕੁਲ ਸਾਫ ਆਈ, ਬਿਲਕੁਲ। ਠੀਕ ਹੈ, 28 ਮਹੀਨੇ ਤੇ ਹਾਈਟ ਕਿੰਨੀ? 63 ਕਰ ਗਈ। 63 ਇੰਚ? ਹਾਂਜੀ, ਇਹ ਵੀ ਹਾਈਟ ਵਧੀਆ ਲਈ ਹੈ ਹਨਾ। ਤੇ ਬਾਕੀ ਬਾਈ ਮਾਂ ਨੁਕਰੀ ਹੋ ਸੀ ਇਹਦੀ ਵੀ? ਇਹਦੀ ਮਾਂ ਨੁਕਰੀ ਆ ਜੀ। ਠੀਕ ਹੈ ਬਾਈ, ਹਾਂ। ਇਹਦੀ ਮਾਂ ਹੈਗੀ ਜਿਹੜਾ ਗੁਰਸ਼ਰਨ ਕੋਟਲੇ ਵਾਲਾ, ਉਹਦੇ ਕੋਲ ਇੱਕ ਘੋੜਾ ਹੁੰਦਾ ਜੀ, ਉਸ ਘੋੜੇ ਦੀ ਮਾਂ ਹੈ, ਉਹ ਵੀ ਮਿੰਟੂ ਵਾਲੇ 'ਚ ਹੀ ਹੈਗੀ ਜੀ। ਸਾਫ਼ ਪਈ ਆ ਬਾਈ, ਬਿਲਕੁਲ ਹਨਾ, ਬਾਕੀ ਬਰੀਕੀ ਬਹੁਤ ਆ। ਹਾਂਜੀ, ਹਾਂਜੀ। ਤੇ ਇਹਦਾ ਮੁੱਲ ਭਾਅ ਬਾਈ? ਇਹਦਾ 12 ਲੱਖ। ਇਹਦਾ 12 ਲੱਖ ਰੁਪਇਆ। ਤੇ ਕਿਵੇਂ ਕਰ ਮੁੱਲ ਉਹਦਾ? 9 ਲੱਖ ਰੁਪਇਆ। ਤੇ ਇਦੋਂ ਬਾਅਦ ਬਾਈ ਇੱਧਰ ਗੱਲ ਕਰੀਏ ਬਾਈ, ਕਰੋ ਨਿੱਕੇ ਨਾਲ, ਆਪਣੇ ਨਿੱਕੇ ਨਾਲ ਕਰੋ। ਤੇ ਇਹ ਦੁਆ ਦੋਸਤੋ ਆ ਗਈਆਂ ਬਾਈ ਪ੍ਰਕਾਸ਼ ਦੀਆਂ, ਇੱਧਰ ਆਪਣੇ ਬਾਈ ਦੂਜੇ ਦੀਆਂ, ਇਹ ਦੋਨੇ ਭਰਾਵਾਂ ਨੇ ਇਕੱਠੇ ਲਾਇਆ ਹੋਇਆ। ਇਹਦੀ ਬਾਈ ਕੀ ਡਿਟੇਲ ਆ, ਕਿਹੜੇ ਕੁੜੇ ਦੀ ਆ? ਇਹ ਬਾਈ ਪ੍ਰਿੰਸ ਦੀ ਆ ਜੀ, ਡੋਡਾਂ ਵਾਲੀ। ਡੋਡਾਂ ਵਾਲੇ ਪ੍ਰਿੰਸ ਦੀ ਬੱਚੀ ਆ? ਹਾਂਜੀ, ਹਾਂਜੀ। 5 ਸਾਲ ਉਮਰ ਆ ਜੀ ਇਹਦੀ। ਠੀਕ ਆ। ਤੇ 52 ਦਿਨ ਦੀ ਗੱਭਣ ਜੀ। 5 ਸਾਲ ਉਮਰ ਆ, 52 ਦਿਨਾਂ ਦੀ ਗੱਭਣ? ਹਾਂਜੀ, ਹਾਂਜੀ, ਹਾਂਜੀ। ਪਹਿਲਾਂ ਸੂਈ ਆ? ਹਾਂ, ਸੂਈ ਆ ਜੀ। ਬਿਸ਼ੇਰੀ? ਕੀ ਬੱਚਾ ਦਿੱਤਾ? ਬਿਸ਼ੇਰੀ ਸੀ ਇਹਦੇ ਮੋਹ ਜੀ, ਬਹੁਤ ਚੰਗੀ। ਠੀਕ ਆ, ਹਾਂਜੀ। ਬਿਸ਼ੇਰੀ ਸੀ? ਹਾਂਜੀ, ਇੱਕ ਵਾਰੀ ਆਪਾਂ ਚਾਲ ਚੂਲ ਦੀ ਓਕੇ ਰੱਖੋ। ਹਾਂ, ਪਹਿਲਾਂ ਕਰੋ ਓਕੇ ਜੀ। ਵਾਲ ਭੋਰੇ ਨੇ ਸਾਫ ਭੌਰੀ ਮੱਥੇ ਦੀ ਉੱਚੀ ਆ ਜੀ। ਮੱਥੇ ਵਾਲੀ ਭੋਰੀ ਦੇਖੋ ਦੋਸਤੋ, ਕਿੱਥੇ ਪਈ ਆ ਜੀ? ਇੱਥੇ ਪਈ ਆ ਜੀ। ਹਾਂਜੀ। ਤੇ ਬਾਈ ਮੁੱਲ ਭਾਅ ਕਿੰਨਾ ਕੀ ਕਰਦੇ ਹੋ? ਮੁੱਲ ਦਾ 7 ਲੱਖ ਰੁਪਿਆ ਜੀ। 7 ਲੱਖ? ਗੱਬਣਾ? ਹਾਂ, ਗੱਬਣ ਬਹੁਤ ਘੱਟ ਕੋਣੇ ਮਿਲਦੀਆਂ ਨਾ ਇਹ ਗੱਬਣਾ। ਗੱਬਣ ਕਿੰਨੇ ਟਾਈਮ ਦੀ ਆ ਬਾਈ? ਗੱਬਣਾ 2 ਮਹੀਨੇ ਦੀ, 52 ਦਿਨ ਦੀ ਹੋ ਗਈ ਜੀ। ਕਿਹੜੇ ਘੋੜੇ ਤੋਂ ਬਾਈ? ਇਹ ਆਪਣੇ ਤੋਂ ਜੀ। ਗੋਲਡਨ ਹਟ ਤੋਂ? ਗੋਲਡਨ ਹਟ ਤੋਂ? ਹਾਂਜੀ, ਗੋਲਡਨ ਹਟ। ਠੀਕ ਆ ਬਾਈ, ਪ੍ਰਕਾਸ਼ ਵਾਲੇ ਗੋਲਡਨ ਹਟ ਤੇ ਗੱਬਣਾ ਦੋਸਤੋ। ਹਾਂਜੀ, ਚੈੱਕ ਪਾਸ ਆ ਜਮਾ। ਤੇ ਇਹਦੀ ਗੱਲ ਕਰਕੇ ਬਾਈ, ਇਹਦੀ ਇਹ ਆਪਣੀ ਆਨੰਦ ਲਾਉਣਾ ਬਾਈ, ਆਪਣੇ ਗੋਲਡਨ ਹਟ ਦੀ ਮਾਂ ਜੀ ਹੈ। ਠੀਕ ਆ, ਗੋਲਡਨ ਹਟ ਦੀ ਮਾਂ? ਹਾਂਜੀ। ਇਹ ਸੇਲ ਕਰਨੀ ਬਾਈ? ਹਾਂ, ਇਹ ਵੀ ਸੇਲ ਆਪਣੀ। ਠੀਕ ਹੈ, ਬਰ ਘਰੇ ਘੋੜੀਆਂ ਬਲੀਆਂ ਹੋਣਗੀਆਂ ਨਾ ਆਪਣੇ ਕੋਲੇ,
ਫਿਰ ਥਾਂ ਹੈ ਨਹੀਂ ਘਰੇ। ਹਾਂ ਇਹਨੇ ਦੋਸਤੋ ਬਹੁਤ ਘੈਂਟ ਸਾਨ ਜੰਮਿਆ ਹੋਇਆ, ਬਹੁਤ ਹੀ ਸੁਨੱਖਾ। ਇੱਕ ਨੇ ਆ ਦੋ ਸਾਨ ਬਾਈ, ਇੱਕ ਬਾਈ ਮਿੰਟੂ ਕੋਲੇ ਆ। ਇੱਕ ਬਾਈ ਮਿੰਟੂ ਕੋਲੇ ਆ। ਹਾਂਜੀ ਹਾਂਜੀ ਮਿੰਟੂ। ਤੇ ਇਹਦੀ ਕੀ ਡਿਟੇਲ ਆ ਬਾਈ, ਕਿੰਨੀ ਹਾਈਟ ਆ ਇਹਦੀ? ਬਾਈ 64 ਇੰਚ ਆ ਜੀ। 64 ਇੰਚ ਹਾਈਟ ਆ। ਹਾਂਜੀ ਪੱਟੀ ਵਾਲੀ ਆ ਜੀ। ਕਿੰਨੇ ਸੂਏ, ਕਿੰਨੇ ਸੂ ਪੀ ਬਾਈ? ਆਪਣੇ ਕੋਲ ਬਾਈ 3 ਸੂ ਪਈ। ਆਪਣੇ ਕੋਲ 3 ਸੂਏ ਸੂ ਪੀ। ਬਾਕੀ ਬਾਈ 64 ਇੰਚ ਹਾਈਟ ਆ ਗਈ ਤੇ ਹੁਣ ਕਿਵੇਂ ਆ? ਹੁਣ ਕੱਢਣਾ ਬਾਈ ਇਹ 7 ਮਹੀਨੇ ਦੀ ਕੱਢਣਾ। ਹੁਣ 7 ਮਹੀਨੇ ਦੀ ਕੱਢਣਾ, ਕਿਹੜੇ ਘੋੜੇ ਤੋਂ ਕੱਢਣਾ? ਇਹ ਆਪਣੇ ਕੋਲ ਹੀ ਆ। ਨਾ ਕੀ ਆਪਣੇ ਘੋੜੇ ਦਾ? ਦੂਜੇ ਤੋਂ ਬਤਾਵ ਵਾਲੇ ਦਾ ਬੱਚਾ। ਬਤਾਵ ਵਾਲੇ ਦਾ? ਹਾਂ ਬਤਾਵ ਵਾਲਾ ਬੱਚਾ। ਠੀਕ ਆ ਬਾਈ, ਉਦੋਂ ਇਹ ਦੂਜੇ ਤੋਂ ਕੱਢਣਾ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਭਾਅ ਕੀ ਕਰ ਦੂੰ ਬਾਈ? ਇਹਦਾ 7 ਲੱਖ। ਇਹਦਾ 7 ਲੱਖ ਰੁਪਇਆ। ਇਹਦਾ ਦੋਸਤੋ ਸਣ ਜੰਮਣ ਵਾਲੀ ਆ, ਹਨਾ? ਹਾਂਜੀ। ਬਹੁਤ ਚੰਗੀ ਘੋੜੀ ਆ ਤੇ ਹਾਈਟ ਵੀ ਬੜੀ ਆ। ਹਾਂਜੀ ਹਾਂਜੀ। 64 ਇੰਚ ਹਾਈਟ ਬਹੁਤ ਹੋ ਜਾਂਦੀ ਆ ਘੋੜੀ ਦੀ ਵੀ। ਤੇ ਇੱਧਰ ਬਾਈ ਆਹ ਬੱਚੀ ਦੀ ਗੱਲ ਕਰਕੇ। ਹਾਂ ਇਹ ਆਪਣੀ ਜਵਾਲਾਮੁਖੀ ਦੀ ਬੱਚੀ ਜੀ। ਇਹ ਜਵਾਲਾਮੁਖੀ ਦੀ ਬੱਚੀ ਆ। ਕਿੰਨੇ ਟਾਈਮ ਦੀ ਹੋ ਗਈ ਬਾਈ? ਇਹ 6 ਮਹੀਨੇ ਦੀ ਹੋ ਗਈ ਜੀ। 6 ਮਹੀਨੇ ਦੀ? ਚੌਕੜੀ ਆ, ਮੂੰਹ ਦੀ ਹੈ। ਠੀਕ ਆ, ਮੂੰਹ ਤੋਂ ਚੌਕੜੀ ਆ। ਹਾਂਜੀ। ਤੇ ਇਹਦਾ ਕੀ ਮੁੱਲ ਭਾਅ ਕਰ ਦਿਓ ਬਾਈ? ਇਹਦਾ ਜੀ 1.5 ਲੱਖ ਰੁਪਇਆ। ਇਹਦਾ 1.5 ਲੱਖ ਰੁਪਇਆ ਕਰ ਦਿਓ। ਜੇ ਕੋਈ ਭਰਾ ਬਸ਼ੇਰੀ ਵਾਲਾ ਕੱਢਣਾ ਚਾਹੁੰਦਾ ਕੰਡਾ, ਉਹ ਵੀ ਸੰਪਰਕ ਕਰ ਸਕਦਾ। ਉਹ ਪਤੰਦਰ ਵਪਾਰੇ ਵਾਂਗੂ ਇੱਦਾਂ ਮਰੀ ਜਾਂਦੀ ਆ। ਤੇ ਇਹਦੀ ਬਾਈ ਕੀ ਡਿਟੇਲ ਆ, ਕਿੰਨੀ ਹਾਈਟ ਇਹਦੀ? ਹਾਂ ਜੀ ਬਾਈ 61 ਇੰਚ ਆ। 61 ਇੰਚ ਹਾਈਟ ਆ ਬਾਈ। ਤੇ ਕਿਹੜੇ ਘੋੜੇ ਦੀ ਬੱਚੀ ਆ ਇਹ? ਹੈਗੀ ਆਪਣੇ ਦੂਜੇ ਦੀ, ਕਾਕੀ ਦੀ ਜੀ। ਕਾਕੀ ਦਰਸ਼ੇਰ ਕਾਕੀ ਦੀ? ਹਾਂ ਦਰਸ਼ੇਰ ਕਾਕੀ। ਬਾਈ ਮੂੰਹ ਕਿੱਡਾ ਪਤਲਾ, ਹਨਾ? ਹਾਂਜੀ ਹਾਂਜੀ ਹਾਂਜੀ। ਜਮਾਂ ਮਾਰ ਪੜੀ ਜਾਂਦੀ ਨਾਲੇ। ਸਮੁੰਦਰ ਤੋਂ ਸੂਈ ਹੈ ਬਾਈ ਘਰੇ ਆਪਣੇ ਵਿਸ਼ੇਰਾ ਦੇ, ਬਹੁਤ ਚੰਗਾ। ਠੀਕ ਹੈ। ਹਾਂਜੀ ਸਮੁੰਦਰ ਤੋਂ ਹੁਣ ਕਿਵੇਂ ਗੱਭਣਾ? ਨਹੀਂ ਸਮੁੰਦਰ ਦਾ ਬੱਚਾ ਇਹਦੇ, ਹੁਣ ਆਪਣੇ ਗੋਲਡਨ ਹਾਰਟ ਤੋਂ ਗੱਭਣਾ ਜੀ ਇਹ। ਠੀਕ ਹੈ। ਗੱਭਣ ਕਿੰਨੇ ਟਾਈਮ ਦੀ ਹੋ ਗਈ? 8 ਮਹੀਨੇ ਦੀ ਹੋ ਗਈ ਜੀ। 8 ਮਹੀਨੇ ਦੀ ਗੱਭਣ ਹੋ ਗਈ ਗੋਲਡਨ ਹਾਰਟ ਤੋਂ ਦੋਸਤੋ। ਹਾਂ ਤੇ ਵੀ ਉਹ ਦੇਖੀ 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 ਇੱਕ ਪੀ ਸੀ ਤੇ ਗਰਦਨ ਗੁਰਦਨ ਪੱਖੋਂ ਬਰੀਕੀ ਦੇਖੋ ਦੋਸਤੋ, ਬੜੀ ਘੈਂਟ ਆ। ਹਾਈਟ ਕਿੰਨੀ ਦੱਸਿਆ ਸੀ ਬਾਈ? ਇਹਦੀ 61 ਇੰਚ ਆ ਜੀ। 61 ਇੰਚ ਇਹਦੀ ਹਾਈਟ? ਹਾਂਜੀ ਹਾਂਜੀ। ਤੇ ਆ ਜਾਓ ਬਾਈ ਹੁਣ ਉਧਰ। ਇਹਦਾ ਮੁੱਲ ਭਾਅ ਕੀ ਕਰ ਦੋ ਜੀ? ਇਹਦਾ 8 ਲੱਖ ਆ ਜੀ। ਇਹਦਾ 8 ਲੱਖ ਕਰ ਦੂੰ ਬਾਈ। ਹਾਂਜੀ ਹਾਂਜੀ। ਤੇ ਇਦੋਂ ਬਾਅਦ ਬਾਈ ਜੇ ਗੱਲ ਕਰਕੇ ਆ ਬੱਚੀ ਦੀ। ਹਾਂਜੀ ਇਹ ਜਵਾਲਾਮੁਖੀ ਦੀ ਬੱਚੀ ਜੀ ਇਹ। ਇਹ ਵੀ ਜਵਾਲਾਮੁਖੀ ਦੀ? ਹਾਂਜੀ ਇਹ ਜਵਾਲਾਮੁਖੀ ਦੀ। ਤੇ ਇਹ ਵੱਡੀ ਕੁੜੀ ਦੀ ਜੀ ਉਹਦੀ? ਉਹ ਵੱਡੀ ਕੁੜੀ ਦੀ? ਠੀਕ ਆ ਬਾਈ। 64 ਇੰਚ ਵਾਲੀ? ਹਾਂ 64 ਇੰਚ ਵਾਲੀ। ਤੇ ਇਹਦੀ ਮੰਨ ਕੇ ਚਲੋ ਕਿੰਨੀ ਉਮਰ ਹੋ ਗਈ? ਇਹਦੀ 6.5 ਮਹੀਨੇ ਦੀ ਜੀ। 6.5 ਮਹੀਨੇ? ਹਾਂਜੀ 6.5 ਮਹੀਨੇ। ਠੀਕ ਆ ਬਾਈ। ਇਹਦਾ ਇਹਦਾ ਮੁੱਲ ਭਾਅ ਕੀ ਕਰ ਦੂੰ ਬਾਈ? ਹਾਈਟ ਹੁਣ ਚੰਗੀ ਕਰੂਗੀ, ਹਨਾ? ਹਾਂਜੀ ਹਾਂਜੀ ਬਹੁਤ ਚੰਗੀ। ਬਾਕੀ ਘੋੜੀ ਬਹੁਤ ਚੰਗੀ ਹੈ ਜੀ, 64 ਇੰਚ ਘੋੜੀ। ਘੋੜੀ ਬਹੁਤ ਚੰਗੀ ਆ ਤੇ ਉਹ ਵੀ ਬਾਈ ਹੱਡਾ ਪਰਾਂ ਨੂੰ ਵੀ ਖੁੱਲੀ ਆ ਬੱਚੀ। ਤੇ ਕੀ ਮੁੱਲ ਭਾਅ ਕੀ ਕਰ? ਇਹਦਾ 5.5 ਲੱਖ ਆ ਜੀ। ਇਹਦਾ 5.5 ਲੱਖ? ਹਾਂਜੀ ਹਾਂਜੀ। ਇਦੋਂ ਬਾਅਦ ਬਾਈ ਲਾਸਟ ਵਾਲੀ ਆਹ ਘੋੜੀ ਆ ਗਈ? ਹਾਂਜੀ ਇਹ ਜੈ ਮੰਗਲਾ ਜੀ। ਇਹ ਜੈ ਮੰਗਲਾ ਹੈ ਜੀ। 63 ਇੰਚ ਜੀ ਫੱਟੀ ਵਾਲਾ ਜੀ। ਠੀਕ ਆ ਬਾਈ। ਹਾਂਜੀ 63 ਇੰਚ ਫੱਟੀ ਵਾਲਾ ਬੱਚੇ ਬਹੁਤ ਚੰਗੇ ਬਸ਼ੇਰੀ। ਹਾਂਜੀ ਬਸ਼ੇਰੀ। ਪਹਿਲਾਂ ਕਿੰਨੇ ਸੂਏ ਸੂਪੀ? ਆਪਣੇ ਕੋਲ 1 ਸੂਆ ਸੂਈ ਜੀ ਇਹ। ਠੀਕ ਆ। ਦੁਬਾਰਾ ਫੇਰ ਗੱਭਣਾ ਜੀ ਇਹ? ਹੁਣ ਦੁਬਾਰਾ ਫੇਰ ਗੱਭਣਾ ਕਿਹੜੇ ਘੋੜੇ ਤੋਂ ਬਾਈ? ਗੋਲਡਨ ਹਟ ਤੋਂ ਹੀ ਗੱਭਣਾ? ਤਾਂ ਮਤਲਬ ਇਹ 10 ਮਹੀਨੇ ਗੱਭਣਾ ਜੀ। ਤੇ ਹਾਈਟ ਕਿੰਨੀ ਆ ਬਾਈ ਇਹਦੀ? ਬਾਈ 63 ਇੰਚ। ਠੀਕ ਹੈ ਇਹਦੀ 63 ਇੰਚ। 63 ਇੰਚ ਇਹਦਾ ਮੁੱਲ ਭਾਅ ਬਾਈ ਫਿਰ ਕੀ ਕਰ ਦਿਓ? ਇਹਦਾ ਵੀ 7 ਲੱਖ ਆ ਜੀ। ਇਹਦਾ 7 ਲੱਖ ਰੁਪਇਆ ਮੁੱਲ ਕਰ ਦਿਓ। ਤੇ ਬਾਕੀ ਬਾਈ ਬਾਕੀ ਸ਼ੌਕਾ ਹੈ ਨਹੀਂ ਜੀ ਉੱਤੇ ਵੀ ਇੱਕ ਦਾਣਾ ਵੀ ਇਹਦੇ? ਹਾਂ ਬਿਲਕੁਲ ਸਪਾਟਲੈਸ ਆ। ਹਾਂਜੀ। ਤੇ ਉੱਧਰ ਦੋਸਤੋ ਬਾਈ ਆਪਣਾ ਪ੍ਰਕਾਸ਼ ਵੀ ਦੇਖ ਲਓ, ਲੱਗਿਆ ਪਿਆ ਸੇਵਾ ਤੇ। ਤੇ ਬਾਈ ਕੋਲੇ ਗੋਲਡਨ ਹੱਟ ਘੋੜਾ ਵੀ ਹੈ। ਜੇ ਕੋਈ ਭਰਾ ਘੋੜੇ ਤੋਂ ਗੋਲਡਨ ਹੱਟ ਤੋਂ ਸਰਵਿਸ ਲੈਣਾ ਚਾਹੁੰਦਾ ਤਾਂ ਉਹ ਵੀ ਵੀਰ ਨੂੰ ਸੰਪਰਕ ਕਰ ਸਕਦਾ। ਨੰਬਰ ਤੁਹਾਨੂੰ ਮੈਂ ਸਕਰੀਨ 'ਤੇ ਦੇਤਾ। ਮੇਲੇ 'ਚ ਇਹ ਘੋੜੀਆਂ ਖੜੀਆਂ ਨੇ ਬਾਈ, ਹੋਰ ਰਹਿਣਗੇ ਕਿੰਨੀ? 17 ਤਰੀਕ 'ਤੇ ਕਰੋਗੇ ਪ੍ਰਕਾਸ਼? ਹਾਂਜੀ ਹਾਂਜੀ 18 ਤੱਕ ਇੱਥੇ ਆ ਡੇਰੇ ਤੇ ਆ ਕੇ ਕਬਰਾਲੀ ਵਾਲੀ ਰੋਡ ਤੇ ਬਾਈ ਹੋਰਾਂ ਨੂੰ ਤੁਸੀਂ ਮਿਲ ਸਕਦੇ ਹੋ। ਕੋਈ ਵੀ ਤੁਸੀਂ ਜਾਨਵਰ ਲੈਣਾ ਚਾਹੁੰਦੇ ਹੋ ਭਰਾ ਹੋਰਾਂ ਤੋਂ ਲੈ ਲਓ। ਨੰਬਰ ਆਪਾਂ ਸਕਰੀਨ 'ਤੇ ਵੀ ਲਾ ਦਾਂਗੇ ਤੇ ਬੋਲ ਵੀ ਦੇ ਬਾਈ। ਬੋਲ ਨਹੀਂ 98880 ਜੀ 12496। ਠੀਕ ਆ ਬਾਈ 99 8 99 8 80 12 496 ਜੀ। ਠੀਕ ਹੈ ਇਹ ਨੰਬਰ ਤੇ ਦੋਸਤੋ ਘੰਟੀ ਕਰਕੇ ਤੁਸੀਂ ਜਾਨਵਰ ਲੈ ਸਕਦੇ ਹੋ। ਬਾਕੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੀ, ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਗੱਭਣਾ ਸਾਰੀਆਂ ਘੋੜੀਆਂ ਆਪਣੇ ਕੋਲ, ਜੇ ਬੰਦਾ ਕੋਈ ਚਾਹਵਾਨ ਹੋਵੇ ਨਾ ਗੱਭਣਾ ਦਾ, ਗੱਭਣਾ ਘੋੜੀਆਂ ਜੀ, ਗੱਭਣਾ ਬਹੁਤ ਘੱਟ ਘੋੜੀਆਂ ਮਿਲਦੀ, ਸਾਰੀਆਂ ਘੋੜੀਆਂ ਹੀ ਗੱਭਣਾ ਦੋਸਤੋ। ਬਾਕੀ ਨੁਕਰੀ ਇਹ ਵੀ ਆ, ਇੱਕ ਤੁਹਾਨੂੰ ਮਾਰਵੜੀ ਵੀ ਦਿਖਾਤੀ, ਵਰਾਇਟੀ ਸਾਰੀ ਆ A to Z। ਤੇ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਭਰਾ ਨੇ ਲੈਣੀ ਆ। ਵੀਡੀਓ ਅੱਗੇ ਸ਼ੇਅਰ ਕਰ ਦਿਓ ਦੋਸਤੋ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ।